ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ, ਹੋਰ ਕੀ ਹਾਲ ਚਾਲ ਨੇ ਸਾਰਿਆਂ ਦੇ। ਅਤੇ ਅੱਜ ਹੈਗੀ ਹੈ ਮੈਨੂੰ ਛੁੱਟੀ, ਅਤੇ ਅੱਜ ਕਿੰਨਾ ਟਾਈਮ ਹੋਇਆ, ਟਾਈਮ ਕੀ ਹੋਇਆ, ਓਈ 2 ਵੱਜ ਗਏ ਨੇ, ਅਤੇ 2 ਵਜੇ ਉੱਠਿਆ ਮੈਂ। ਅਤੇ ਹੁਣ ਹਫ਼ਤੇ ਬਾਅਦ ਇੱਕ ਛੁੱਟੀ ਹੁੰਦੀ ਹੈ, ਅਤੇ ਤਾਂ ਥੋੜ੍ਹਾ ਲੇਟ ਉੱਠੀ ਦਾ, ਸੌਂ ਸੌਂ ਕੇ ਜਾਂ ਸੌਣ ਤੋਂ ਬਿਨਾਂ। ਅਤੇ ਹੁਣ ਉੱਠ ਕੇ ਪਹਿਲਾਂ ਤਾਂ ਬੁਰਸ਼ ਬਰਸ਼ ਕਰਕੇ, ਦਾੜੀ ਵਧੀ, ਦਾੜੀ ਦੂੜੀ ਕੱਟ ਕੇ, ਵਾਲ ਵੂਲ ਕੱਟ ਕੇ, ਅਤੇ ਰੋਟੀ ਰੋਟੀ ਬਣਾਉਣੀ। ਫਿਰ ਵੇਦੇ ਕੀ ਕਰਨਾ ਏ ਅੱਜ, ਹਾਂਜੀ। ਅਤੇ ਨਹਾ ਧੋ ਲਿਆ, ਫੋਨ ਥੋੜ੍ਹਾ ਜਿਹਾ ਲੱਗਣ ਡਿਆ ਬੰਦਿਆਂ 'ਚ, ਅਤੇ ਹੁਣ ਲੈਣ ਚੱਲੇ ਸਮਾਨ ਬਾਹਰ ਮਾਰਕੀਟ 'ਚ ਲੈ ਕੇ ਆਉਂਦੇ ਕੁਝ ਖਾਣ ਪੀਣ ਵਾਸਤੇ, ਫਿਰ ਆ ਕੇ ਦੇਖਦੇ ਕੀ ਬੰਦਾ। ਟੋਪੀ ਵਾਲਿਆਂ ਨੇ ਹੁਣ ਬਾਹਰ ਠੰਡ ਬੜੀ, ਹੁਣ ਚੱਲੇ ਮਾਰਕੀਟ, ਅਤੇ ਸਾਹਮਣੇ ਹੀ ਮਾਰ ਕੇ ਹਵਾ ਮਾਰਕੀਟ ਜਾਣਾ। ਛੁੱਟੀ ਵਾਲਾ ਦਿਨ ਵੈਸੇ ਵੀ ਸਾਰਾ ਛੇਤੀ ਲੰਘ ਜਾਂਦਾ, ਹਫ਼ਤੇ 'ਚ ਛੁੱਟੀ ਹੁੰਦੀ ਹੈ, ਬੰਦੇ ਨੂੰ ਸੌਣ ਦਾ ਲਾਲਚ ਵੀ ਹੁੰਦਾ, ਫਿਰ 11-12 ਵਜੇ ਛੁੱਟੀ ਦਾ, ਅਤੇ ਫਿਰ ਕੱਪੜੇ ਕੁੱਪੜੇ ਧੋਣ ਵਾਲੇ ਹੁੰਦੇ, ਕੱਪੜੇ ਕੁੱਪੜੇ ਧੋ ਕੇ ਨਹਾਉਣ ਤੋਂ 2-3 ਵਜੇ। ਲੋਕ ਕਹਿੰਦੇ ਸਾਡਾ ਛੁੱਟੀ ਵਾਲਾ ਦਿਨ ਨਹੀਂ ਲੰਘਦਾ, ਹਜੇ ਨਹਾ ਧੋ ਕੇ ਬਾਹਰ ਸਮਾਨ ਲੈਣ ਹੀ ਆਏ ਹਾਂ, ਅਤੇ ਸਵੇਰ ਦੀ ਰੋਟੀ ਵੀ ਨਹੀਂ ਖਾਧੀ, ਮਤਲਬ ਕਿ ਸਾਡਾ ਤਾਂ ਚਲੋ ਸਿਸਟਮ ਹੀ ਉਸਾ ਹੋਣਾ, 12 ਵਜੇ 'ਤੇ ਉੱਠੀ ਹੈ, ਅਤੇ ਦਿਨ ਢਲ ਵੀ ਗਿਆ ਸਾਰਾ, ਹਾਲੇ ਤੱਕ 3:30 ਹੋਏ ਨੇ, ਪੂਰੇ 5 ਵਜੇ ਹਨੇਰਾ ਪੈ ਜਾਂਦਾ। ਸਮਾਨ ਲਿਆ ਹੈ, ਇੱਕ ਤੇ ਲੱਡੂ, ਬ੍ਰੈਡ, ਕੇਲੇ, ਨਟੇਲਾ, ਜੂਸ ਅਤੇ ਚੌਲ, ਅਤੇ ਬਾਕੀ ਪੀਨਟ ਬਟਰ। ਸਵੇਰ ਦੀ ਚਾਹ ਪੀ ਗਏ, 3 ਵਜੇ ਨੇ ਸ਼ਾਮ ਦੇ, ਅਤੇ ਚਾਹ ਸਵੇਰ ਦੀ ਹੋਣ ਪੀ ਲਈ, ਜਿਹੜਾ ਬੰਦਾ ਕਹਿੰਦਾ ਨਾ ਬਾਹਰ ਨਜ਼ਾਰੇ ਨੇ, ਉਹਨੂੰ ਕੋਈ ਸਲਾਹ ਨਹੀਂ ਦੇਣੀ, ਬਸ ਉਹਨੂੰ ਕਹਿ ਆ ਜਾਵੇ ਲੈ ਲਵੇ ਨਜ਼ਾਰੇ। ਇਹ ਜਿਹੜਾ ਬਾਹਰ ਆਉਂਦਾ ਜਿਹੜਾ ਹੁੰਦਾ ਨਾ ਬੰਦੇ ਨੂੰ, ਕੀੜਾ ਕਹਿ ਲਓ,
ਹੁੰਦਾ ਚਾਹ ਹੁੰਦਾ ਜਦੋਂ ਉੱਥੋਂ ਚੜ੍ਹ ਕੇ ਇੱਥੇ ਜਹਾਜ਼ ਉਤਰਦਾ ਹੈ ਨਾ, ਉਹ ਜਹਾਜ਼ ਉਤਰਨ ਦੇ ਨਾਲ ਹੀ ਚਾਹ ਉਤਰ ਜਾਂਦਾ। ਮੇਰਾ ਵੀ ਉਤਰ ਗਿਆ।